ਅੱਜ 5 ਵਜੇ ਦੇ ਕਰੀਬ ਮੇਰੇ ਪੈਟਰੋਲ ਪੰਪ ਦੇ ਸਦੂਕਾਂ ਦੇ ਨਜ਼ਦੀਕ ਦੋ ਮੁੰਡਿਆਂ ਨੂੰ ਵੱਟ ਕੇ ਲੁਟੇਰੇ ਭੱਜ ਗਏ ਜੀ। 3 ਬੰਦੇ ਸੀਗੇ ਉਹ। ਕਾਹਦੇ ਤੇ ਆਏ ਸੀ? ਬਾਈਕ 'ਤੇ ਸੀਗੇ ਜੀ। ਮੂੰਹ ਬੰਨੇ ਹੋਏ ਸੀਗੇ। ਅਤੇ ਕਿੰਨਾ ਕੁ ਕੈਸ਼ ਜਿਹੜਾ ਲੁੱਟਿਆ ਉਹਨਾਂ ਨੇ? ਤਕਰੀਬਨ ਅੰਦਾਜ਼ੇ ਨਾਲ ਮੁੰਡੇ ਦੇ ਜ਼ਖਮੀ ਆ, ਉਹ ਤਾਂ ਕੋਈ 10 ਪਰ ਨਹੀਂ ਪਾਇਆ ਕਿੰਨਾ ਕਿੰਨਾ ਨਹੀਂ, ਅੰਦਾਜ਼ਾ ਨਾਲ 20-25 ਹਜ਼ਾਰ ਦੇ ਕਰੀਬ ਤੇ ਹੋਊਗਾ। ਹਾਂ, ਡਿਪਟੀ ਸਾਹਿਬ ਵੀ ਮੌਕੇ 'ਤੇ ਪਹੁੰਚ ਗਏ ਸੀਗੇ, ਬਾਕੀ ਐਸ ਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀਗੇ ਉਸ ਟਾਈਮ ਦੀ ਵਾਰਦਾਤ ਦੇ ਸਮੇਂ। ਚਿੱਟੇ ਦਿਨ ਅਜਿਹੀ ਵਾਰਦਾਤ ਦਾ ਹੋਣਾ ਕਿਵੇਂ ਦੇਖਦੇ ਹੋ? ਮਾੜੇ ਹਾਲਾਤ ਆ ਜੀ। ਮੈਂ ਕੀ ਕਰਨਾ ਚਾਹੁੰਦੇ ਹੋ? ਪੁਲਿਸ ਪ੍ਰਸ਼ਾਸਨ ਕੋਲ ਇਹ ਮੰਗ ਚਾਹੁੰਦਾ ਵੀ ਜਲਦੀ ਜਲਦੀ ਉਹਨਾਂ ਨੂੰ ਪਕੜ ਕੀਤਾ ਜਾਵੇ ਤਾਂ ਜੋ ਲੋਕਾਂ 'ਚ ਦਹਿਸ਼ਤ ਨਾ ਫੈਲੀ ਜਾਵੇ। ਜਿਹੜੇ ਲੋਕ ਜ਼ਖਮੀ ਹੋਏ ਨੇ ਕੀ ਨਾਮ ਨੇ ਉਹਨਾਂ ਦੇ? ਨੰਦ ਕਿਸ਼ੋਰ, ਸੰਤੋਸ਼ ਕੁਮਾਰ। ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੂੰ? ਉਹਨਾਂ ਦੋਵਾਂ ਬਾਹਾਂ 'ਤੇ ਅਤੇ ਹੱਥਾਂ 'ਤੇ ਸੱਟਾਂ ਵੱਗੀਆਂ ਡੂੰਘੀਆਂ। ਮਤਲਬ ਕੀ ਕਾਹਦੇ ਨਾਲ ਹਮਲਾ ਹੋਇਆ? ਦਾਤਣਾ ਦੇ ਨਾਲ। ਕਿੱਥੇ ਦਾਖਲ ਕਿੱਥੇ ਨੇ? ਹੇਮਕੁੰਡ ਹੋਸਪਿਟਲ ਹੋਈਆਂ। ਤੁਹਾਨੂੰ ਘਟਨਾ ਬਾਰੇ ਕਿੱਦਾਂ ਜਾਣਕਾਰੀ ਮਿਲੀ ਹੈ? ਮੈਂ ਕਪੂਰਥਲਾ ਸਹੀ ਹੈ, 5:15 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਜੀ ਵੀ ਤੁਹਾਡੇ ਬੰਦਿਆਂ ਨੂੰ ਇੱਥੇ ਵੱਟ ਟੋਕ ਕੇ ਚਲੇ ਗਏ ਹੈ। ਪੰਪ ਨੂੰ ਜਿਹੜਾ ਲੁੱਟ ਦੀ ਵਾਰਦਾਤ ਸੀ? ਹਾਂਜੀ। ਸਾਨੂੰ ਅੱਜ ਇੱਕ ਇਤਲਾਹ ਮਿਲੀ ਸੀ ਕਿ ਸਦੂਵਾਲ ਪਿੰਡ ਹੈਗਾ ਸਾਡਾ ਜਬੋਵਾਲ ਰੋਡ ਦੇ ਉੱਤੇ, ਉੱਥੇ ਇੱਕ ਹਿਸਾਰ ਫਿਲਿੰਗ ਸਟੇਸ਼ਨ ਹੈ ਸ਼ੁਭ ਪੈਟਰੋ ਮਾਰਟ ਦੇ ਨਾਮ ਤੋਂ, ਕਿ ਉੱਥੇ ਕੋਈ ਵਾਰਦਾਤ ਹੋਈ ਹੈ ਅਤੇ ਮੈਂ ਅਤੇ ਮੇਰੀ ਟੀਮ ਜਿਹੜੀ ਹੈ ਤੁਰੰਤ ਮੌਕੇ 'ਤੇ ਪਹੁੰਚੇ ਹੈ। ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ 2 ਲੜਕੇ, ਉਹ ਜਿਨ੍ਹਾਂ ਨੂੰ ਕਿ ਦਾਤਰ ਮਾਰ ਕੇ ਜ਼ਖਮੀ ਕੀਤਾ ਗਿਆ, ਉਹਨਾਂ ਨੂੰ ਹੇਮਕੁੰਡ ਹੋਸਪਿਟਲ ਲੋਹੀਆਂ ਭਰਤੀ ਕਰਾਇਆ ਗਿਆ। ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ, ਪ੍ਰੇਮਾ ਫਸਾਈ ਪਤਾ ਲੱਗਿਆ ਹੈ ਕਿ 3 ਬੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਹੁਣ ਅਸੀਂ ਕੈਮਰਾਜ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਉਹਨੂੰ ਜਲਦ ਤੋਂ ਜਲਦ ਟਰੇਸ ਕਰਾਂਗੇ। ਸਰ, 15 ਅਗਸਤ ਦੇ ਮੌਕੇ ਵੱਡੀ ਜਿਹੜੀ ਨਫਰੀ ਤਲਾਤ ਹੈ ਸੜਕਾਂ ਦੇ ਉੱਤੇ, ਵੀ ਇੰਨੇ ਚਿੱਟੇ ਦਿਨ ਦੇ ਵਿੱਚ ਇਹੋ ਜਿਹੀ ਵਾਰਦਾਤ ਹੋਣਾ ਕਿਵੇਂ ਦੇਖਦੇ ਹੋ? ਸਾਡੀ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਜ਼ ਕੰਮ ਇੱਥੇ ਲੱਗੀਆਂ ਹੋਈਆਂ ਨੇ ਅਤੇ ਉਹ ਜਿਹੜਾ ਹੈਗਾ ਥੋੜ੍ਹਾ ਜਿਹਾ ਸਿਕਲੂਡਿਡ ਏਰੀਆ ਸੀਗਾ ਅਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ ਅਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟਰੇਸ ਕਰਾਂਗੇ ਅਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ ਅਲੱਗ ਟੀਮਾਂ ਬਣਾ ਕੇ ਅਤੇ ਅਸੀਂ ਇਹਨੂੰ ਟਰੇਸ ਕਰ ਲਾਂਗੇ। ਇਸ ਬਾਰੇ ਜੀ ਹਜੇ ਤੱਕ ਉਹਨਾਂ ਉਹ ਵੀ ਨਹੀਂ ਜਾਣਕਾਰੀ ਦੇ ਪਾਏ ਕਿਉਂਕਿ ਵਾਰਦਾਤ ਤੋਂ ਬਾਅਦ ਜਿਹੜੇ ਦੋ ਉੱਥੇ ਕਰਮਚਾਰੀ ਦੋ ਹੀ ਤੈਨਾਤ ਸੀਗੇ, ਉਹ ਜਿਹੜੇ ਉਹਨਾਂ ਨੂੰ ਹੋਸਪਿਟਲ ਲਿਆਂਦਾ ਗਿਆ ਅਤੇ ਜਿਹੜਾ ਫਿਲਿੰਗ ਸਟੇਸ਼ਨ ਆ ਉੱਥੇ ਤਾਲਾ ਲੱਗਿਆ ਹੋਇਆ। ਹੁਣ ਅਸੀਂ ਜੇ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲ੍ਹਣ ਤਾਂ ਜੋ ਅਸੀਂ ਜਿਹੜੇ ਉਹਨਾਂ ਦੇ CCTV ਕੈਮਰਾਜ਼ ਆ ਉਹਨਾਂ ਨੂੰ ਦੇਖ ਸਕੀਏ ਅਤੇ ਜਿਹੜੀ ਹੈ ਸ਼ਨਾਖਤ ਜਿਹੜੀ ਹੋਵੇ ਵਧਾ ਸਕੀਏ। ਅੱਜ 5 ਵਜੇ ਦੇ ਕਰੀਬ ਮੇਰੇ ਪੈਟਰੋਲ ਪੰਪ ਦੇ ਸਦੂਕਾਂ ਦੇ ਨਜ਼ਦੀਕ ਦੋ ਮੁੰਡਿਆਂ ਨੂੰ ਵੱਟ ਕੇ ਲੁਟੇਰੇ ਭੱਜ ਗਏ ਜੀ। 3 ਬੰਦੇ ਸੀਗੇ ਉਹ। ਕਾਹਦੇ 'ਤੇ ਆਏ ਸੀ? ਬਾਈਕ 'ਤੇ ਸੀਗੇ ਜੀ। 3 ਬੰਨੇ ਸੀਗੇ? ਮੂੰਹ ਬੰਨੇ ਹੋਏ ਸੀਗੇ। ਅਤੇ ਕਿੰਨਾ ਕੁ ਕੈਸ਼ ਜਿਹੜਾ ਲੁੱਟਿਆ ਉਹਨਾਂ ਨੇ? ਤਕਰੀਬਨ ਅੰਦਾਜ਼ੇ ਨਾਲ ਮੁੰਡੇ ਦੇ ਜ਼ਖਮੀ ਆ, ਉਹ ਤਾਂ ਕੋਈ 10 ਪਰ ਨਹੀਂ ਪਾਇਆ ਕਿੰਨਾ ਕਿੰਨਾ ਨਹੀਂ, ਅੰਦਾਜ਼ਾ ਨਾਲ 20-25 ਹਜ਼ਾਰ ਦੇ ਕਰੀਬ ਤੇ ਹੋਊਗਾ। ਅਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ? ਹਾਂ, ਡਿਪਟੀ ਸਾਹਿਬ ਵੀ ਮੌਕੇ 'ਤੇ ਪਹੁੰਚ ਗਏ ਸੀਗੇ, ਬਾਕੀ ਐਸ ਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀਗੇ ਉਸ ਟਾਈਮ ਦੀ ਵਾਰਦਾਤ ਦੇ ਸਮੇਂ। ਚਿੱਟੇ ਦਿਨ ਅਜਿਹੀ ਵਾਰਦਾਤ ਦਾ ਹੋਣਾ ਕਿਵੇਂ ਦੇਖਦੇ ਹੋ? ਮਾੜੇ ਹਾਲਾਤ ਆ ਜੀ। ਮੈਂ ਕੀ ਕਰਨਾ ਚਾਹੁੰਦੇ ਹੋ? ਪੁਲਿਸ ਪ੍ਰਸ਼ਾਸਨ ਕੋਲ ਇਹ ਮੰਗ ਚਾਹੁੰਦਾ ਵੀ ਜਲਦੀ ਜਲਦੀ ਉਹਨਾਂ ਨੂੰ ਪਕੜ ਕੀਤਾ ਜਾਵੇ ਤਾਂ ਜੋ ਲੋਕਾਂ 'ਚ ਦਹਿਸ਼ਤ ਨਾ ਫੈਲੀ ਜਾਵੇ। ਜਿਹੜੇ ਲੋਕ ਜ਼ਖਮੀ ਹੋਏ ਨੇ ਕੀ ਨਾਮ ਨੇ ਉਹਨਾਂ ਦੇ? ਨੰਦ ਕਿਸ਼ੋਰ, ਸੰਤੋਸ਼ ਕੁਮਾਰ। ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੇ? ਉਹਨਾਂ ਦੋਵਾਂ ਬਾਹਾਂ 'ਤੇ ਅਤੇ ਹੱਥਾਂ 'ਤੇ ਸੱਟਾਂ ਵੱਗੀਆਂ ਡੂੰਘੀਆਂ। ਮਤਲਬ ਕੀ ਕਾਹਦੇ ਨਾਲ ਹਮਲਾ ਹੋਇਆ? ਦਾਤਣਾ ਦੇ ਨਾਲ। ਕਿੱਥੇ ਦਾਖਲ ਕਿੱਥੇ ਨੇ? ਹੇਮਕੁੰਡ ਹੋਸਪਿਟਲ ਹੋਈਆਂ। ਤੁਹਾਨੂੰ ਘਟਨਾ ਬਾਰੇ ਕਿੱਦਾਂ ਜਾਣਕਾਰੀ ਮਿਲੀ ਹੈ? ਮੈਂ ਕਪੂਰਥਲਾ ਸਹੀ ਹੈ, 5:15 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਜੀ ਵੀ ਤੁਹਾਡੇ ਬੰਦਿਆਂ ਨੂੰ ਇੱਥੇ ਵੱਟ ਟੋਕ ਕੇ ਚਲੇ ਗਏ ਹੈ।
ਪੰਪ ਨੂੰ ਜਿਹੜਾ ਲੁੱਟ ਦੀ ਵਾਰਦਾਤ ਸੀ? ਹਾਂਜੀ, ਸਾਨੂੰ ਅੱਜ ਇੱਕ ਇਤਲਾਹ ਮਿਲੀ ਸੀ ਕਿ ਸਦੂਵਾਲ ਪਿੰਡ ਹੈਗਾ ਸਾਡਾ ਜਬੋਵਾਲ ਰੋਡ ਦੇ ਉੱਤੇ, ਉੱਥੇ ਇੱਕ ਹਿਸਾਰ ਫਿਲਿੰਗ ਸਟੇਸ਼ਨ ਹੈ ਸ਼ੁਭ ਪੈਟਰੋ ਮਾਰਟ ਦੇ ਨਾਮ ਤੋਂ, ਕਿ ਉੱਥੇ ਕੋਈ ਵਾਰਦਾਤ ਹੋਈ ਹੈ ਅਤੇ ਮੈਂ ਅਤੇ ਮੇਰੀ ਟੀਮ ਜਿਹੜੀ ਹੈ ਤੁਰੰਤ ਮੌਕੇ 'ਤੇ ਪਹੁੰਚੇ ਹੈ। ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ ਦੋ ਲੜਕੇ, ਉਹ ਜਿਨ੍ਹਾਂ ਨੂੰ ਕਿ ਦਾਤਰ ਮਾਰ ਕੇ ਜ਼ਖਮੀ ਕੀਤਾ ਗਿਆ, ਉਹਨਾਂ ਨੂੰ ਹੇਮਕੁੰਡ ਹੋਸਪਿਟਲ ਲੋਹੀਆਂ ਭਰਤੀ ਕਰਾਇਆ ਗਿਆ। ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ, ਪ੍ਰੇਮਾ ਫਸਾਈ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਅਤੇ ਹੁਣ ਅਸੀਂ ਕੈਮਰਾਜ਼ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਉਹਨੂੰ ਜਲਦ ਤੋਂ ਜਲਦ ਟਰੇਸ ਕਰਾਂਗੇ। ਸਰ, 15 ਅਗਸਤ ਦੇ ਮੌਕੇ ਵੱਡੀ ਜਿਹੜੀ ਨਫਰੀ ਤਲਾਤ ਹੈ ਸੜਕਾਂ ਦੇ ਉੱਤੇ, ਵੀ ਇੰਨੇ ਚਿੱਟੇ ਦਿਨ ਦੇ ਵਿੱਚ ਇਹੋ ਜਿਹੀ ਵਾਰਦਾਤ ਹੋਣਾ ਕਿਵੇਂ ਦੇਖਦੇ ਹੋ? ਸਾਡੀ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਜ਼ ਕੰਮ ਇੱਥੇ ਲੱਗੀਆਂ ਹੋਈਆਂ ਨੇ, ਅਤੇ ਉਹ ਜਿਹੜਾ ਹੈਗਾ ਥੋੜ੍ਹਾ ਜਿਹਾ ਸਕਲੂਡਿਡ ਏਰੀਆ ਸੀਗਾ, ਅਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ, ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ, ਅਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟਰੇਸ ਕਰਾਂਗੇ, ਅਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ ਅਲੱਗ ਟੀਮਾਂ ਬਣਾ ਕੇ, ਅਤੇ ਅਸੀਂ ਇਹਨੂੰ ਟਰੇਸ ਕਰ ਲਾਂਗੇ। ਕਿੰਨਾ ਨੁਕਸਾਨ ਹੋਇਆ ਇਸ ਬਾਰੇ ਜੀ? ਹਜੇ ਤੱਕ ਉਹਨੇ ਉਹ ਵੀ ਨਹੀਂ ਜਾਣਕਾਰੀ ਦੇ ਪਾਏ, ਕਿਉਂਕਿ ਵਾਰਦਾਤ ਤੋਂ ਬਾਅਦ ਜਿਹੜੇ ਦੋ ਉੱਥੇ ਕਰਮਚਾਰੀ ਦੋ ਹੀ ਤੈਨਾਤ ਸੀਗੇ, ਉਹ ਜਿਹੜੇ ਉਹਨਾਂ ਨੂੰ ਹੋਸਪਿਟਲ ਲਿਆਂਦਾ ਗਿਆ, ਅਤੇ ਜਿਹੜਾ ਫਿਲਿੰਗ ਸਟੇਸ਼ਨ ਆ ਉੱਥੇ ਤਾਲਾ ਲੱਗਿਆ ਹੋਇਆ। ਹੁਣ ਅਸੀਂ ਜੇ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲ੍ਹਣ, ਤਾਂ ਜੋ ਅਸੀਂ ਜਿਹੜੇ ਉਹਨਾਂ ਦੇ CCTV ਕੈਮਰਾਜ਼ ਆ ਉਹਨਾਂ ਨੂੰ ਦੇਖ ਸਕੀਏ, ਅਤੇ ਜਿਹੜੀ ਹੈ ਸ਼ਨਾਖਤ ਜਿਹੜੀ ਹੈਗੀ ਵਧਾ ਸਕੀਏ।